ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ IGNOU ਪ੍ਰੀਖਿਆਵਾਂ ਫਰਵਰੀ 2021 ਦੇ ਵਿੱਚ ਪ੍ਰੀਖਿਆਵਾਂ ਹੋਣ ਜਾਣੀਆਂ ਨੇ ਇਸ ਤੋਂ ਇਲਾਵਾ ਜੂਨ ਟਰਮ ਦੇ ਜਿਹੜੇ ਵਿਦਿਆਰਥੀ ਨੇ ਉਹ ਵੀ ਫਾਰਮ ਭਰ ਸਕਦੇ ਨੇ ਪ੍ਰੀਖਿਆ ਫਾਰਮ ਭਰਨ ਦੀ ਮਿਤੀ ਵੀ ਅੱਗੇ ਵਧਾਈ ਗਈ ਹੈ ਪੂਰੀ ਜਾਣਕਾਰੀ ਸੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਐਜੂਕੇਸ਼ਨ ਨਾਲ ਸੰਬੰਧਿਤ ਤੇ ਜੋ ਵੀ ਨਵੀਆਂ ਪੋਸਟਾਂ ਆਊਟ ਹੁੰਦੀਆਂ ਨੇ ਇਹਦੇ ਨਾਲ ਸੰਬੰਧਿਤ ਜਾਣਕਾਰੀ ਮਿਲ ਸਕੇ ਤਾਂ ਸ਼ੇਅਰ ਕਰ ਦਿਓ ਜੀ ਇਹ ਪੂਰੀ ਜਾਣਕਾਰੀ ਤਾਂ ਪਹਿਲੀ ਜਾਣਕਾਰੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵੱਲੋਂ ਦਸੰਬਰ ਚ ਲਈਆਂ ਜਾਣ ਵਾਲੀਆਂ ਟਰਮ ਐਂਡ ਪ੍ਰੀਖਿਆਵਾਂ ਹੁਣ ਜਿਹੜੀਆਂ ਫਰਵਰੀ 2021 ਦੇ ਪਹਿਲੇ ਹਫ਼ਤੇ ਵਿੱਚ ਲਈਆਂ ਜਾ ਸਕਣਗੀਆਂ ਪ੍ਰਕਾਸ਼ੀਆਂ ਨੂੰ ਪ੍ਰੀਖਿਆ 'ਚ ਬੈਠਣ ਲਈ ਪਹਿਲਾਂ ਫਾਰਮ ਭਰਨ ਦੀ ਆਖਰੀ ਤਾਰੀਖ 10 ਨਵੰਬਰ ਰੱਖੀ ਗਈ ਸੀ ਜਿਸ ਨੂੰ ਹੁਣ ਵਧਾ ਕੇ 15 ਦਸੰਬਰ ਕਰ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਵਿਦਿਆਰਥੀਆਂ ਨੂੰ ਆਨਲਾਈਨ ਜਾਂ ਫਿਰ ਆਫਲਾਈਨ ਅਸਾਈਨਮੈਂਟ ਪ੍ਰੋਜੈਕਟ ਇੰਟਰਨਸ਼ਿਪ ਫੀਲਡ ਵਰਕ ਜਨਰਲ ਆਦਿ 15 ਦਸੰਬਰ ਤੱਕ ਹੀ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ ਕੋਵਿਡ-19 ਕਾਰਨ ਇਹ ਪ੍ਰੀਖਿਆਵਾਂ ਸੀ ਜਿਹੜੀਆਂ ਉਹ ਮੁਲਤਵੀ ਹੋਈਆਂ ਸੀ ਤਾਂ ਇਸ ਦਰਾਂ ਨਾਲ ਜੋ ਜੂਨ ਟਰਮ ਦੇ ਪ੍ਰਖਿਆਰਥੀ ਵੀ ਇਹ ਫਾਰਮ ਭਰ ਸਕਦੇ ਹਨ ਜਿਹੜੇ ਵਿਦਿਆਰਥੀ ਸਤੰਬਰ ਮਹੀਨੇ ਹੋਈਆਂ ਜੂਨ ਟਰਮ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋ ਸਕੇ ਜਾਂ ਫਿਰ ਜਿਨ੍ਹਾਂ ਨੂੰ ਐਡਮਿਟ ਕਾਰਡ ਨਹੀਂ ਮਿਲੇ ਸਨ ਉਹ ਸਾਰੇ ਫਰਵਰੀ 2021 ਚ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋ ਸਕਦੇ ਹਨ ਪ੍ਰੀਖਿਆਵਾਂ ਦੇ 10 ਤੋਂ 15 ਦਿਨ ਪਹਿਲਾਂ ਵਿਦਿਆਰਥੀਆਂ ਨੂੰ ਇਗਨੋ ਵੱਲੋਂ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ ਇਸ ਸਬੰਧੀ ਇਗਨੋ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਹਦਾਇਤਾਂ ਦਿੱਤੀ ਗਈਆਂ ਹਨ ਤਾਂ ਜੋ ਪ੍ਰਖਿਆਰਥੀਆਂ ਤੋਂ ਵਾਂਝੇ ਰਹਿ ਗਏ ਪ੍ਰੇਖਿਆਵਾਂ ਤੋਂ ਵਾਂਝੇ ਰਹੇਗੇ ਇਸ ਮੌਕੇ ਦਾ ਫਾਇਦਾ ਉਠਾ ਸਕਣ ਸੋ ਇਹ ਅਪਡੇਟ ਆਈ ਹੈ ਜੀ ਬਾਕੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ